ਓਮ ਸ਼ਾਂਤੀ। ਅੱਜ 25/8/2024 ਦੀ ਬਾਣੀ ਹੈ ਅਵਿਅਕਤ ਬਾਪ ਦਾਦਾ ਦਾ ਰਿਵਾਈਜ਼ ਕੋਰਸ। ਰਿਵਾਈਜ਼ ਕੋਰਸ ਕੀ ਤਾਰੀਖ 4/11/2020। ਆਜ ਬਾਪ ਦਾਦਾ ਨੇ ਟਾਈਟਲ ਦਿਆ ਸਤਿਆਵਾਦੀ ਬਣੋ ਅਤੇ ਸਮੇਂ ਪ੍ਰਮਾਣ ਰਹਿਮ ਦਿਲ ਬਣ ਬੇਹਦ ਦੀ ਵਰਿਤੀ ਦ੍ਰਿਸ਼ਟੀ ਅਤੇ ਕ੍ਰਿਤੀ ਬਣਾਉਣ ਦੇ ਦ੍ਰਿੜ ਸੰਕਲਪ ਦਾ ਦੀਪ ਜਗਾਓ। ਸਤਿਆਵਾਦੀ ਬਣੋ ਅਤੇ ਸਮੇਂ ਪ੍ਰਮਾਣ ਰਹਿਮ ਦਿਲ ਬਣ ਬੇਹਦ ਦੀ ਬ੍ਰਿਤੀ ਦ੍ਰਿਸ਼ਟੀ ਅਤੇ ਕ੍ਰਿਤੀ ਬਣਾਉਣ ਦੇ ਦ੍ਰਿੜ ਸੰਕਲਪ ਦਾ ਦੀਪ ਜਗਾਓ। ਅੱਜ ਬਾਪ ਦਾਦਾ ਦੋਨੋਂ ਆਖਦੇ ਨੇ, ਅੱਜ ਪਿਆਰ ਦੇ ਸਾਗਰ ਬਾਪ ਦਾਦਾ ਆਪਣੇ ਅਤਿ ਪਿਆਰੇ ਸਿੱਕੀ ਲਦੇ ਮਿੱਠੇ ਮਿੱਠੇ ਬੱਚਿਆਂ ਨੂੰ ਮਿਲਣ ਆਏ ਹੈ। ਤੁਸੀਂ ਸਭ ਵੀ ਮਿਲਣ ਮਨਾਉਣ ਆਏ ਹੋ ਨਾ, ਭੱਜ ਭੱਜ ਕੇ ਆਏ ਹੈ। ਤਾਂ ਬਾਪ ਦਾਦਾ ਵੀ ਬੱਚਿਆਂ ਨਾਲ ਮਿਲਣ ਦੇ ਲਈ ਭੱਜ ਭੱਜ ਕੇ ਆਏ ਹੈ। ਤੁਸੀਂ ਸਭ ਤਾਂ ਇਸ ਲੋਕ ਤੋਂ ਆਏ ਹੋ ਅਤੇ ਬਾਪ ਦਾਦਾ ਪਰਲੋਕ ਅਤੇ ਸੂਖਸ਼ਮ ਲੋਕ ਤੋਂ ਆਏ ਹੈ। ਤਾਂ ਸਭ ਤੋਂ ਦੂਰ ਤੋਂ ਕੌਣ ਆਇਆ ਹੈ, ਕੌਣ ਦੂਰਾਦੇਸ਼ੀ ਹੈ? ਡਬਲ ਫੋਰਨਰਸ ਦੂਰਾਦੇਸ਼ੀ ਹੈ? ਨਹੀਂ, ਸਭ ਤੋਂ ਦੂਰ ਦੂਰਾਦੇਸ਼ੀ ਤਾਂ ਬਾਪ ਹੀ ਹੈ। ਬਾਪ ਦਾਦਾ ਨੂੰ ਇਸ ਵਾਰੀ ਡਬਲ ਵਿਦੇਸ਼ੀ ਅਤੇ ਭਾਰਤ ਵਾਸੀ ਬੱਚਿਆਂ ਦੀ ਇੱਕ ਗੱਲ ਤੇ ਬਹੁਤ ਨਾਚ ਹੈ। ਕਿਹੜੀ ਗੱਲ ਤੇ ਨਾਚ ਹੈ ਬੋਲੋ? ਵਿਸ਼ੇਸ਼ ਡਬਲ ਵਿਦੇਸ਼ੀ ਬੱਚਿਆਂ ਦੀ ਹਿੰਮਤ ਦੇਖ ਕੇ ਬਾਪ ਦਾਦਾ ਨੂੰ ਨਾਚ ਹੈ ਕਿ ਕਿਵੇਂ ਦੀ ਵੀ ਪਰਿਸਥਿਤੀ ਵਿੱਚ ਬਾਪ ਨੂੰ ਮਿਲਣ ਪਹੁੰਚ ਹੀ ਗਏ ਹੈ। ਡਰਾਮੇ ਨੇ ਖੇਡ ਵੀ ਦਿਖਾਇਆ ਪਰ ਬਾਪ ਅਤੇ ਬੱਚਿਆਂ ਨੂੰ ਮਿਲਣ ਨੂੰ ਡਰਾਮਾ ਵੀ ਰੋਕ ਨਹੀਂ ਸਕਿਆ। ਤਾਂ ਅਜਿਹੀ ਹਿੰਮਤ ਵਾਲੇ ਬੱਚਿਆਂ ਦੇ ਬਾਪ ਦਾਦਾ ਵਿਸ਼ੇਸ਼ ਵਰਦਾਨਾਂ ਦੀ ਵਰਖਾ ਕਰ ਰਹੇ ਹੈ। ਅੱਜ ਇਸ ਘੜੀ ਜੋ ਵੀ ਬੱਚੇ ਜੋ ਵੀ ਵਰਦਾਨ ਚਾਹੇ ਭਾਵੇਂ ਉਹ ਵਰਦਾਨ ਮਿਲੇਗਾ, ਸਹਿਜ ਮਿਲੇਗਾ, ਪਰ ਇਸ ਵਰਦਾਨ ਨੂੰ ਰੋਜ਼ ਅੰਮ੍ਰਿਤ ਵੇਲੇ ਅਤੇ ਕਰਮਯੋਗੀ ਸਥਿਤੀ ਵਿੱਚ ਵਾਰ ਵਾਰ ਦਿਲ ਤੋਂ ਯਾਦ ਕਰਨਾ ਹੈ। ਦਿਲ ਸਿਕਸ਼ਤ ਨਹੀਂ ਹੋਣਾ, ਵਰਦਾਨ ਪ੍ਰਾਪਤ ਹੈ। ਸਿਰਫ ਜਿਵੇਂ ਸੂਲ ਨੈਣਾਂ ਦੇ ਵਿੱਚ ਨਿਰੰਤਰ ਬਿੰਦੀ ਚਮਕਦੀ ਹੈ ਨਾ, ਇਵੇਂ ਸਦਾ ਨੈਣਾਂ ਵਿੱਚ ਬਾਪ ਬਿੰਦੀ ਨੂੰ ਸਮਾ ਕੇ ਰੱਖਣਾ ਰੱਖ ਸਕਦੇ ਹੋ ਜਾਂ ਮੁਸ਼ਕਿਲ ਹੈ, ਸਹਿਜ ਹੈ? ਤਾਂ ਜਿਵੇਂ ਸੂਲ ਬਿੰਦੀ ਨਿਰੰਤਰ ਹੈ, ਇਵੇਂ ਨੈਣਾਂ ਵਿੱਚ ਨਿਰੰਤਰ ਬਾਪ ਬਿੰਦੀ ਵੀ ਸਮਾਇਆ ਹੋਇਆ ਹੋਵੇ। ਸਮਾ ਲਿਆ, ਫਿੱਟ ਹੋ ਗਿਆ, ਨਿਕਲ ਤਾਂ ਨਹੀਂ ਜਾਵੇਗਾ। ਜੇਕਰ ਨੈਣਾਂ ਵਿੱਚ ਨਿਰੰਤਰ ਬਾਪ ਬਿੰਦੀ ਸਮਾਇਆ ਹੋਇਆ ਹੈ ਤਾਂ ਹੋਰ ਕਿਸੇ ਵੱਲ ਵੀ ਨੈਣ ਆਕਰਸ਼ਿਤ ਨਹੀਂ ਹੋਣਗੇ, ਮਿਹਨਤ ਤੋਂ ਛੁੱਟ ਜਾਵੋਗੇ, ਹੋਰ ਪਾਸੇ ਨਜ਼ਰ ਜਾਏਗੀ ਹੀ ਨਹੀਂ, ਬਿਲਕੁਲ ਸੇਫ ਹੋ ਜਾਓਗੇ। ਕੁਛ ਵੀ ਹੋ ਜਾਵੇ ਪਰ ਨੈਣਾਂ ਵਿੱਚ ਸਦਾ ਬਿੰਦੀ ਬਾਪ ਸਮਾਇਆ ਹੋਇਆ ਹੋਵੇ, ਸਦਾ ਨੈਣਾਂ ਵਿੱਚ ਸਮਾਇਆ ਹੋਇਆ ਹੋਵੇਗਾ ਤਾਂ ਦਿਲ ਵਿੱਚ ਵੀ ਉਹੀ ਸਮਾਇਆ ਹੋਇਆ ਹੋਵੇਗਾ। ਤਾਂ ਦਿਲ ਵਿੱਚ ਅਤੇ ਨੈਣਾਂ ਵਿੱਚ ਸਮਾਉਣ ਦੀ ਵਿਧੀ ਹੈ ਬਾਪ ਦਾਦਾ ਸਾਹਿਬ ਨੂੰ ਰਾਜ਼ੀ ਕਰਨਾ। ਤਾਂ ਸਾਹਿਬ ਰਾਜ਼ੀ ਹੈ, ਤੁਸੀਂ ਸਮਝਦੇ ਹੋ ਬਾਪ ਦਾਦਾ ਸਾਹਿਬ ਤੁਹਾਡੇ 'ਤੇ ਰਾਜ਼ੀ ਹੈ? ਕਿੰਨੇ ਪਰਸੈਂਟ ਰਾਜ਼ੀ ਹੈ? ਕਿਸ ਨੇ ਕਿਹਾ 99%, ਕਿਸੇ ਨੇ ਕਿਹਾ 75% ਆਫਰਿਨ ਹੈ? ਬਾਪ ਦਾਦਾ ਨੂੰ ਰਾਜ਼ੀ ਕਰਨਾ ਬਹੁਤ ਸਹਿਜ ਹੈ। ਬਾਪ ਦਾਦਾ ਨੂੰ ਰਾਜ਼ੀ ਕਰਨ ਦਾ ਸਹਿਜ ਸਾਧਨ ਹੈ ਸੱਚੀ ਦਿਲ। ਸੱਚੀ ਦਿਲ 'ਤੇ ਸਾਹਿਬ ਰਾਜ਼ੀ ਹੈ। ਹਰ ਕਰਮ ਵਿੱਚ ਸੱਤਿਆਵਾਦੀ ਸੱਤਤਾ ਮਹਾਨਤਾ ਹੈ। ਜੋ ਸੱਚੀ ਦਿਲ ਵਾਲਾ ਹੈ ਉਹ ਸਦਾ ਸੰਕਲਪ ਬਾਣੀ ਅਤੇ ਕਰਮ ਵਿੱਚ ਸੰਬੰਧ ਸੰਪਰਕ ਵਿੱਚ ਰਾਜ ਯੁਕਤ ਮਤਲਬ ਰਾਜ ਨੂੰ ਸਮਝ ਕਰ
ਸਮਝ ਕਰਨ ਵਾਲੇ ਚੱਲਣ ਵਾਲੇ ਅਤੇ ਅਸੀਂ ਕਿੱਥੋਂ ਤੱਕ ਰਾਜਯੁਕਤ ਹਾਂ ਉਸ ਨੂੰ ਪਰਖਣ ਦੀ ਨਿਸ਼ਾਨੀ ਹੈ। ਜੇਕਰ ਰਾਜ ਜਾਣਦਾ ਹੈ ਤੇ ਉਹ ਕਦੀ ਵੀ ਆਪਣੇ ਖੁਦ ਸਥਿਤੀ ਤੋਂ ਨਾਰਾਜ਼ ਨਹੀਂ ਹੋਵੇਗਾ, ਮਤਲਬ ਦਿਲ ਸਿਕਸ਼ਤ ਨਹੀਂ ਹੋਵੇਗਾ ਅਤੇ ਸੰਕਲਪ ਵਿੱਚ ਬ੍ਰਿਤੀ ਨਾਲ ਵੀ, ਸਮ੍ਰਿਤੀ ਨਾਲ ਵੀ, ਦ੍ਰਿਸ਼ਟੀ ਨਾਲ ਵੀ ਕਿਸੇ ਨੂੰ ਨਾਰਾਜ਼ ਨਹੀਂ ਕਰੇਗਾ, ਕਿਉਂਕਿ ਉਹ ਸਬਦੇ ਅਤੇ ਆਪਣੇ ਸੰਸਕਾਰ ਸੁਭਾਵ ਨੂੰ ਜਾਣਨ ਵਾਲਾ ਰਾਜਯੁਕਤ ਹੈ। ਤਾਂ ਬਾਪ ਨੂੰ ਰਾਜ਼ੀ ਕਰਨ ਦੀ ਵਿਧੀ ਹੈ ਰਾਜਯੁਕਤ ਚੱਲਣਾ, ਅਤੇ ਰਾਜਯੁਕਤ ਮਤਲਬ ਨਾ ਆਪਣੇ ਅੰਦਰ ਨਾਰਾਜ਼ਗੀ ਆਵੇ ਨਾ ਹੋਰਨਾਂ ਨੂੰ ਨਾਰਾਜ਼ ਕਰੇ। ਬਾਬਾ ਆਖਦੇ ਨੇ, ਸਦਾ ਸਮੇਂ ਅਨੁਸਾਰ ਆਪਣੇ ਮਨ ਬੁੱਧੀ ਨੂੰ ਸੌਪਣ ਤੱਕ ਵੀ ਸਦਾ ਸ਼ੁਭ ਅਤੇ ਸ਼ੁੱਧ ਰੱਖੋ। ਕਈ ਬੱਚੇ ਰੂਹ ਰਿਹਾਨ ਵਿੱਚ ਕਹਿੰਦੇ ਹੈ, ਬਾਪ ਦਾਦਾ ਤਾਂ ਸ਼ਕਤੀਆਂ ਦਿੰਦਾ ਹੈ ਪਰ ਸਮੇਂ ਤੇ ਸ਼ਕਤੀ ਯੂਜ਼ ਨਹੀਂ ਹੁੰਦੀ। ਬਾਪ ਦਾਦਾ ਵਿਸ਼ੇਸ਼ ਸਭ ਬੱਚਿਆਂ ਦੇ ਸਾਥੀ ਹੋਣ ਦੇ ਸੰਬੰਧ ਨਾਲ ਵਿਸ਼ੇਸ਼ ਅਜਿਹੇ ਸਮੇਂ ਤੇ ਐਕਸਟਰਾ ਮਦਦ ਦਿੰਦੇ ਹੈ, ਕਿਉਂ ਬਾਪ ਜ਼ਿੰਮੇਵਾਰ ਹੈ ਬੱਚਿਆਂ ਨੂੰ ਸੰਪੰਨ ਬਣਾਏ ਨਾਲ ਲੈ ਜਾਣ ਦੇ ਲਈ। ਤਾਂ ਬਾਪ ਆਪਣੀ ਜ਼ਿੰਮੇਵਾਰੀ ਵਿਸ਼ੇਸ਼ ਅਜਿਹੇ ਸਮੇਂ ਤੇ ਨਿਭਾਉਂਦੇ ਹੈ, ਲੇਕਿਨ ਕਦੇ ਕਦੇ ਬੱਚਿਆਂ ਦੇ ਮਨ ਦੀ ਚੈਕਿੰਗ ਪਾਵਰ ਦਾ ਸਵਿੱਚ ਔਨ ਹੁੰਦਾ ਹੈ ਤਾਂ ਬਾਪ ਕੀ ਕਰੇ। ਬਾਪ ਤਾਂ ਫਿਰ ਵੀ ਸਵਿੱਚ ਔਨ ਕਰਨ ਦੀ, ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੈ ਲੇਕਿਨ ਟਾਈਮ ਲੱਗ ਜਾਂਦਾ ਹੈ। ਇਸ ਲਈ ਜਦੋਂ ਫਿਰ ਸਵਿੱਚ ਔਨ ਹੋ ਜਾਂਦਾ ਹੈ ਤਾਂ ਕਹਿੰਦੇ ਹੈ, ਕਰਨਾ ਤਾਂ ਨਹੀਂ ਚਾਹੀਦਾ ਸੀ ਪਰ ਹੋ ਗਿਆ। ਤਾਂ ਸਦਾ ਆਪਣੇ ਮਨ ਦੀ ਚੈਕਿੰਗ ਪਾਵਰ, ਜਿਸ ਨੂੰ ਤੁਸੀਂ ਕਹਿੰਦੇ ਹੋ ਟੱਚਿੰਗ, ਉਸ ਟੱਚਿੰਗ ਅਤੇ ਕੈਚਿੰਗ ਪਾਵਰ ਦਾ ਸਵਿੱਚ ਔਨ ਰੱਖੋ। ਮਾਇਆ ਕੋਸ਼ਿਸ਼ ਕਰਦੀ ਹੈ ਔਫ ਕਰਨ ਦੀ, ਸੈਕਿੰਡ ਵਿੱਚ ਔਫ ਕਰਕੇ ਚਲੀ ਜਾਂਦੀ ਹੈ। ਇਸ ਲਈ ਜਿਵੇਂ ਸਮੇਂ ਨਾਜ਼ੁਕ ਹੁੰਦਾ ਜਾਵੇਗਾ, ਹਲੇ ਹੋਣਾ ਹੈ ਹੋਰ, ਡਰਦੇ ਤਾਂ ਨਹੀਂ ਹੋ ਨਾ। ਬਾਪ ਦਾਦਾ ਨੇ ਪਹਿਲੇ ਵੀ ਕਿਹਾ ਕਿ ਤੁਸੀਂ ਸਭ ਨੇ ਵਰ੍ਹਾਂ ਕਿਉਂ ਮਨਾਇਆ ਹੈ, ਕਿਹੜਾ ਵਰ੍ਹਾਂ ਮਨਾਇਆ ਹੈ। ਸੰਸਕਾਰ ਤੋਂ ਸੰਸਾਰ ਪਰਿਵਰਤਨ ਦਾ ਪੱਕਾ ਹੈ ਨਾ, ਮਨਾਇਆ ਹੈ ਨਾ ਜਾਂ ਭੁੱਲ ਗਏ ਹੋ, ਮਨਾ ਰਹੇ ਹੋ। ਤਾਂ ਜਦ ਬੱਚਿਆਂ ਨੇ ਸੰਸਾਰ ਪਰਿਵਰਤਨ ਦਾ ਪੱਕਾ ਸੰਕਲਪ ਲਿਆ ਹੈ ਤਾਂ ਪ੍ਰਕਿਰਤੀ ਬਾਪ ਤੋਂ ਪੁੱਛਦੀ ਹੈ ਕਿ ਮੈਂ ਤਿਆਰੀ ਕਰਦੀ ਹਾਂ ਸਫਾਈ ਕਰਨ ਦੀ, ਲੇਕਿਨ ਸਫਾਈ ਕਰਨ ਵਾਲੇ ਜੋ ਨਮਿਤ ਹੈ ਉਹ ਕਰਦੇ ਕਰਦੇ ਸੋਚ ਵਿੱਚ ਪੈ ਜਾਂਦੇ ਹੈ, ਦੁਬਿਧਾ ਵਿੱਚ ਪੈ ਜਾਂਦੇ ਹੈ, ਕਰੀਏ ਕਿ ਨਹੀਂ ਕਰੀਏ, ਜਲਦੀ ਕਰੀਏ ਜਾਂ ਹੌਲੀ ਕਰੀਏ, ਤਾਂ ਮੈਂ ਕੀ ਕਰਾਂ, ਪ੍ਰਕਿਰਤੀ ਪੁੱਛਦੀ ਹੈ। ਤਾਂ ਬਾਪ ਦਾਦਾ ਪ੍ਰਕਿਰਤੀ ਨੂੰ ਵੀ ਜਵਾਬ ਦੇਵੇ ਡਬਲ ਵਿਦੇਸ਼ੀ ਬੋਲੇ, ਥੋੜ੍ਹਾ ਇੰਤਜ਼ਾਰ ਕਰੀਏ, ਇਹ ਤਾਂ ਠੀਕ ਜਵਾਬ ਨਹੀਂ ਹੈ। ਜੇਕਰ ਡਬਲ ਵਿਦੇਸ਼ੀ ਇੰਤਜ਼ਾਰ ਕਰਨਗੇ ਤਾਂ ਫਿਰ ਪਲਾਨ ਨਹੀਂ ਮਿਲਣਗੇ, ਤਾਂ ਫਿਰ ਪਲੇਨ ਨਹੀਂ ਮਿਲਣਗੇ। ਹਲੇ ਤਾਂ ਪਲੇਨ ਮਿਲ ਗਏ ਨਾ, ਸੁੱਤੇ ਸੁੱਤੇ ਆਏ ਹੋ ਨਾ ਪਲੇਨ ਵਿੱਚ, ਆਰਾਮ ਨਾਲ ਆ ਗਏ ਨਾ, ਸਾਰੀ ਸਭਾ ਵਿੱਚੋਂ ਕਿਸੇ ਨੂੰ ਵੀ ਆਉਣ ਵਿੱਚ ਮੁਸ਼ਕਿਲ ਹੋਈ ਹੱਥ ਉਠਾਓ। ਇੱਕ ਨੇ ਕਿਹਾ ਕਿ ਸਾਡਾ ਪਲੇਨ ਇੱਕ ਵਾਰੀ ਵਾਪਿਸ ਚਲਾ ਗਿਆ, ਟਾਈਮ 'ਤੇ ਪਹੁੰਚ ਤਾਂ ਗਏ, ਇਹ ਹਿੰਮਤ ਦੀ ਗੱਲ ਹੈ। ਜੋ ਥੋੜ੍ਹਾ ਡਰੇ ਤਾਂ ਬੈਠ ਗਏ, ਤੁਸੀਂ ਲੋਕਾਂ ਨੇ ਦ੍ਰਿੜ ਸੰਕਲਪ ਕੀਤਾ ਜਾਣਾ ਹੀ ਹੈ ਤਾਂ ਪਹੁੰਚ ਗਏ। ਸਿਰਫ ਇੱਕ ਦਾ ਪਲੇਨ ਮੁੜਿਆ ਬਸ ਨਾ, ਉਸ ਦੀ ਕੋਈ ਗੱਲ ਨਹੀਂ, ਫਿਰ ਚੰਗਾ ਮਿਲੇਗਾ। ਹੁਣ ਅੱਗੇ ਤਾਂ ਪ੍ਰਕਿਰਤੀ ਨੂੰ ਸਫਾਈ ਕਰਨ ਵਾਲਿਆਂ ਨੂੰ ਸੋਚ ਵਿੱਚ ਨਾ ਪਾਓ, ਕਿਉਂਕਿ ਸਥਾਪਨਾ ਵਾਲੇ ਹਲੇ ਵੀ ਕਦੇ ਕਦੇ ਸੋਚ ਵਿੱਚ ਪੈ ਜਾਂਦੇ ਹੈ ਕੀ ਕਰੀਏ, ਇਵੇਂ ਕਰੀਏ ਨਹੀਂ ਕਰੀਏ, ਠੀਕ ਹੋਵੇਗਾ ਜਾਂ ਨਹੀਂ ਠੀਕ ਹੋਵੇਗਾ, ਇਕਦਮ ਸਪਸ਼ਟ ਹੋਵੇ ਜਾਂ ਹਾਂ ਜਾਂ ਨਾ, ਇਹ ਰਾਈਟ ਹੈ ਇਹ ਰੋਂਗ ਹੈ, ਕਲੀਅਰ ਹੋਵੇ।
ਤਾਂ ਪ੍ਰਕਿਰਤੀ ਤੁਹਾਡੇ ਵਰਾ ਮਨਾਉਣ ਦੇ ਕਾਰਨ ਤਿਆਰੀ ਤਾਂ ਕਰੇਗੀ, ਹੁਣ ਵੀ ਕਰਵਾ ਰਹੀ ਹੈ, ਲੇਕਿਨ ਸਥਾਪਨਾ ਦੇ ਨਿਮਿਤ ਬਣੀਆਂ ਹੋਈਆਂ ਆਤਮਾ ਨੂੰ ਹਲੇ ਕਿਸੇ ਵੀ ਗੱਲਾਂ ਵਿੱਚ ਭਾਵੇਂ ਖੁਦ ਪ੍ਰਤੀ ਭਾਵੇਂ ਦੂਜਿਆਂ ਦੇ ਪ੍ਰਤੀ ਸੋਚ ਵਿੱਚ ਸਮਾਂ ਨਹੀਂ ਲਗਾਉਣਾ ਚਾਹੀਦਾ। ਸੈਕਿੰਡ ਵਿੱਚ ਕਲੀਅਰ ਟੱਚਿੰਗ ਹੋਵੇ, ਬਿੰਦੀ ਲਗਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ? ਸੈਕਿੰਡ ਤਾਂ ਜਦੋਂ ਪ੍ਰੈਕਟੀਕਲ ਲਾਈਫ ਵਿੱਚ ਬਿੰਦੀ ਲਗਾਉਂਦੇ ਹੋ ਤਾਂ ਸੈਕਿੰਡ ਲੱਗਦਾ ਹੈ। ਕਿਸੇ ਵੀ ਗੱਲ ਵਿੱਚ ਬਿੰਦੀ ਲਗਾਉਣ ਵਿੱਚ ਜਾਂ ਬਿੰਦੀ ਰੂਪ ਸਥਿਤੀ ਵਿੱਚ ਸਥਿਤ ਹੋਣ ਲਈ ਸੈਕਿੰਡ ਲੱਗਦਾ ਹੈ। ਮੰਨ ਲਓ ਕੋਈ ਗੱਲ ਤੁਹਾਡੇ ਸਾਹਮਣੇ ਆ ਗਈ, ਉਸਨੂੰ ਬਿੰਦੀ ਲਗਾਉਣ ਵਿੱਚ ਸੈਕਿੰਡ ਲੱਗਦਾ ਹੈ, ਪਾਂਡਵਾਂ ਨੂੰ ਸੈਕਿੰਡ ਲੱਗਦਾ ਹੈ, ਕਦੇ ਕਦੇ ਪਾਂਡਵਾਂ ਨੂੰ ਬਿੰਦੀ ਲਗਾਉਣ ਵਿੱਚ ਸਮਾਂ ਲੱਗਦਾ ਹੈ। ਇਹ ਤਾਂ ਕਹਿ ਰਹੀ ਹੈ ਸੈਕਿੰਡ ਲੱਗਦਾ ਹੈ, ਸ਼ਕਤੀਆਂ ਵਿੱਚ ਸ਼ਕਤੀ ਹੈ, ਪਾਂਡਵ ਸੱਚ ਬੋਲਦੇ ਹੈ, ਨਹੀਂ ਦੋਵੇਂ ਸੱਚੇ ਹੈ, ਕਿਉਂਕਿ ਉਹਨਾਂ ਦੀ ਬਿੰਦੀ ਹੁਣ ਲੱਗਦੀ ਹੋਵੇਗੀ, ਤੁਹਾਡੀ ਹੁਣ ਨਹੀਂ ਲੱਗਦੀ ਹੋਵੇਗੀ, ਇਸ ਲਈ ਫਰਕ ਹੋ ਗਿਆ। ਬਾਕੀ ਤਾਂ ਸਭ ਸੱਚੇ ਹੈ, ਸੱਚੇ ਦਿਲ ਵਾਲੇ ਹੈ। ਅੱਛਾ, ਹਾਲ ਤਾਂ ਫੁੱਲ ਹੈ, ਹੇਠਾਂ ਪਾਂਡਵ ਭਵਨ ਵਿੱਚ ਵੀ ਬੈਠੇ ਹੈ, ਹੇਠਾਂ ਤਾਂ ਬੈਠੇ ਹੈ ਲੇਕਿਨ ਬਾਪ ਦਾਦਾ ਦੇ ਸਾਹਮਣੇ ਹੈ, ਜੋ ਦੇਸ਼ ਵਿਦੇਸ਼ ਵਿੱਚ ਇਸੇ ਯਾਦ ਵਿੱਚ ਬੈਠੇ ਹੈ। ਬਾਪ ਦਾਦਾ ਮਧੂਬਨ ਵਿੱਚ ਆ ਗਏ, ਆਪਣੇ ਆਪਣੇ ਦੂਰਾਦੇਸ਼ੀ ਦ੍ਰਿਸ਼ਟੀ ਦੂਰਬੀਨ ਨਾਲ ਵੇਖ ਰਹੇ ਹੈ, ਤਾਂ ਉਹ ਵੀ ਹਲੇ ਬਾਬਾ ਦੇ ਸਾਹਮਣੇ ਆ ਰਹੇ ਹੈ ਕਿ ਕਿਵੇਂ ਦੂਰ ਬੈਠੇ ਵੀ ਮਨ ਤੋਂ ਮਧੂਬਨ ਵਿੱਚ ਹੈ। ਤੁਹਾਡੇ ਇਸ ਸਾਕਾਰ ਬਤਨ ਦੇ ਇਹ ਸਾਧਨ ਤਾਂ ਉੱਪਰ ਹੇਠਾਂ ਹੋ ਸਕਦੇ ਹੈ, ਲੇਕਿਨ ਇਹ ਅਧਿਆਤਮਿਕ ਦੂਰਦ੍ਰਿਸ਼ਟੀ ਦੂਰਾਦੇਸ਼ੀ ਦ੍ਰਿਸ਼ਟੀ ਕਦੇ ਖਰਾਬ ਨਹੀਂ ਹੋ ਸਕਦੀ। ਤਾਂ ਬਾਪ ਦਾਦਾ ਦੇ ਸਾਹਮਣੇ ਸਾਰੇ ਚਾਰੋਂ ਪਾਸੇ ਦੇ ਸੇਵਾ ਕੇਂਦਰ ਦੇ ਬੱਚੇ ਵਿਖਾਈ ਦੇ ਰਹੇ ਹੈ। ਅੱਛਾ, ਦੀਵਾਲੀ ਮਨਾ ਲਈ, ਸੰਗਮ ਯੁੱਗ ਹੈ ਹੀ ਮਨਾਉਣ ਦਾ ਯੁੱਗ, ਚਾਹੇ ਅੰਤਰਮੁਖੀ ਹੋ, ਅਤਿ ਇੰਦਰੀ ਸੁੱਖ ਦੀ ਮੌਜ ਮਨਾਓ, ਭਾਵੇਂ ਸੇਵਾ ਵਿੱਚ ਮਹਾਂਦਾਨੀ ਬਣ, ਆਤਮਾ ਦੇ ਪ੍ਰਤੀ ਮਹਾਂਦਾਨ ਦਿੰਦੇ ਹੋਏ ਮਨਾਓ, ਭਾਵੇਂ ਆਪਸ ਵਿੱਚ ਰੂਹ ਰਿਹਾਨ ਕਰੋ, ਡਾਂਸ ਕਰੋ, ਸੰਬੰਧ ਸੰਪਰਕ ਵਿੱਚ ਇੱਕ ਦੋ ਦੀ ਵਿਸ਼ੇਸ਼ਤਾ ਨੂੰ ਵੇਖੋ, ਵਿਸ਼ੇਸ਼ਤਾ ਦੀ ਖੁਸ਼ਬੂ ਲਓ। ਸਦਾ ਮਨਾਉਣਾ ਹੀ ਮਨਾਉਣਾ ਹੈ, ਗਵਾਉਣ ਦਾ ਸਮਾਂ ਖਤਮ ਹੋ ਗਿਆ, ਗਵਾਉਣ ਦਾ ਯੁੱਗ ਤੇ ਨਹੀਂ ਹੈ ਨਾ, ਹੁਣ ਮਨਾਉਣ ਦਾ ਅਤੇ ਕਮਾਉਣ ਦਾ ਯੁੱਗ ਹੈ, ਜਮ੍ਹਾਂ ਕਰਨ ਦਾ ਯੁੱਗ ਹੈ। ਤਾਂ ਬਾਪ ਦਾਦਾ ਸਦਾ ਹਰ ਬੱਚੇ ਨੂੰ ਇਹੀ ਵੇਖਦਾ ਰਹਿੰਦਾ ਹੈ, ਤਾਂ ਮਨਾ ਰਹੇ ਹੈ, ਕਿਸੇ ਵੀ ਰੂਪ ਵਿੱਚ ਮਨਾਉਣਾ ਹੀ ਹੈ, ਕਿਉਂਕਿ ਸੰਗਮ 'ਤੇ ਹੀ ਗਵਾਉਣਾ ਅਤੇ ਮਨਾਉਣਾ ਦੋਵਾਂ ਦਾ ਨੌਲੇਜ ਹੈ, ਇਸ ਲਈ ਗਵਾ ਕੇ ਮਨਾਉਣਾ ਉਸਦਾ ਮਹੱਤਵ ਹੁੰਦਾ ਹੈ। ਹੁਣ ਗਵਾਉਣ ਨੂੰ ਬਿੰਦੀ ਲਗਾਓ, ਸਟੋਪ, ਗਵਾਉਣਾ ਨਹੀਂ ਹੈ, ਇੱਕ ਸੰਕਲਪ ਵੀ ਗਵਾਉਣਾ ਨਹੀਂ ਹੈ, ਕਮਾਉਣ ਦੇ ਸਮੇਂ 'ਤੇ ਗਵਾਉਣਗੇ ਤਾਂ ਕਮਾਉਣਗੇ ਕਦੋਂ, ਫਿਰ ਤਾਂ ਸਮਾਂ ਮਿਲਣਾ ਨਹੀਂ ਹੈ। ਚੈੱਕ ਕਰੋ ਤਾਂ ਜੋ ਵੀ ਖਜ਼ਾਨੇ ਹੈ, ਸਭ ਤੋਂ ਵੱਡਾ ਖਜ਼ਾਨਾ ਕਿਹੜਾ ਹੈ? ਸੰਕਲਪ, ਸਮੇਂ, ਗਿਆਨ ਦਾ ਖਜ਼ਾਨਾ, ਪ੍ਰਤਿਅਖ ਜੀਵਨ ਵਿੱਚ ਆਏ ਗਿਆਨ ਸੁਣਾਉਣਾ ਅਤੇ ਸੁਣਨਾ, ਇਹ ਫਸਟ ਸਟੇਜ ਹੈ। ਪਰ ਗਿਆਨ ਮਤਲਬ ਨੌਲੇਜ, ਨੌਲੇਜ ਨੂੰ ਕੀ ਕਹਿੰਦੇ ਹੈ? ਨੌਲੇਜ ਲਾਈਟ ਹੈ, ਮਾਈਟ ਕਹਿੰਦੇ ਹੋ ਨਾ, ਤਾਂ ਗਿਆਨ ਅਤੇ ਨੌਲੇਜ ਦਾ ਅਰਥ ਹੈ ਇਸ ਸੰਕਲਪ ਵਿੱਚ, ਬੋਲ ਵਿੱਚ, ਕਰਮ ਵਿੱਚ ਲਾਈਟ ਅਤੇ ਮਾਈਟ ਹੈ, ਕਹਿੰਦੇ ਹੋ ਨਾ, ਤਾਂ ਗਿਆਨ ਅਤੇ ਨੌਲੇਜ ਦਾ ਅਰਥ ਹੈ ਇਸ ਸੰਕਲਪ ਵਿੱਚ, ਬੋਲ ਵਿੱਚ, ਕਰਮ ਵਿੱਚ ਲਾਈਟ ਅਤੇ ਮਾਈਟ ਹੈ, ਤਾਂ ਕਹਾਂਗੇ ਨੌਲੇਜ ਫੁੱਲ। ਕੁਮਾਰੀਆਂ ਨੌਲੇਜ ਫੁੱਲ ਬਣਨ ਵਾਲੀਆਂ ਹੈ ਨਾ,
ਸਿਰਫ ਕੋਰਸ ਕਰਾਉਣ ਵਾਲੀਆਂ ਨਹੀਂ ਬਣਨਾ, ਭਾਸ਼ਣ ਕਰਨ ਵਾਲੀਆਂ ਨਹੀਂ ਬਣਨਾ, ਨਾਲ ਨਾਲ ਨੌਲੇਜ ਦੀ ਲਾਈਟ ਮਾਈਟ ਸੰਕਲਪ ਬੋਲ ਅਤੇ ਕਰਮ ਵਿੱਚ ਹੋਵੇ। ਕੁਮਾਰੀਆਂ ਨਾਲ ਤੇ ਬਾਪ ਦਾਦਾ ਦਾ ਵਿਸ਼ੇਸ਼ ਪਿਆਰ ਹੈ। ਕਿਉਂ? ਆਪਣੇ ਜੀਵਨ ਦਾ ਫੈਸਲਾ ਕਰ ਲਿਆ ਜਾਂ ਕਰਨਾ ਹੈ, ਚੰਗੀ ਤਰ੍ਹਾਂ ਸੋਚ ਲਿਆ ਜਾਂ ਉੱਥੇ ਜਾ ਕੇ ਸੋਚੇਗੀ, ਪੱਕਾ ਸੋਚ ਲਿਆ ਹੈ ਤਾਂ ਮੁਬਾਰਕ ਹੋਵੇ। ਦੋਵੇਂ ਇੰਨੇ ਹੈਂਡਸ ਤਿਆਰ ਮਿਲਣਗੇ ਤੁਹਾਨੂੰ। ਜੋ ਕੁਮਾਰੀਆਂ ਟ੍ਰੇਨਿੰਗ ਕਰ ਰਹੀਆਂ ਹੈ ਉਹ ਹੱਥ ਉਠਾਓ, ਕਿੰਨੀਆਂ ਸੰਖਿਆ ਹੈ? 80। ਜੋ ਹੁਣ ਸੇਵਾ ਵਿੱਚ ਨਹੀਂ ਲੱਗੀਆਂ ਹੋਈਆਂ ਹੈ, ਸੈਂਟਰ ਨਹੀਂ ਸੰਭਾਲਦੀਆਂ ਹੈ, ਉਹ ਹੱਥ ਉਠਾਓ, ਗਿਣਤੀ ਕਰੋ, 80 ਹੈ। ਅੱਛਾ, ਇੰਨੇ ਹੈਂਡਸ ਤਾਂ ਮਿਲਣਗੇ ਨਾ, ਰਾਈਟ ਹੈਂਡ ਜਾਂ ਲੈਫਟ ਹੈਂਡ? ਰਾਈਟ ਹੈਂਡ ਬਣੋਗੇ ਨਾ, ਅੱਛਾ ਹੈ। ਕੁਮਾਰੀਆਂ ਹੈ ਨਾ ਤਾਂ ਬਾਪ ਦਾਦਾ ਕੁਮਾਰੀਆਂ ਨੂੰ ਸੈਂਟਰਸ ਦਾ ਘਰ ਵੀ ਦਿੱਤਾ ਅਤੇ ਬਰ ਤਾਂ ਮਿਲਿਆ ਹੀ ਹੈ। ਹਮੇਸ਼ਾ ਘਰ ਅਤੇ ਬਰ ਦੋ ਚਾਹੀਦੇ ਹੈ। ਕੁਮਾਰੀਆਂ ਨੂੰ ਬਰ ਤਾਂ ਮਿਲ ਗਿਆ, ਹੁਣ ਘਰ ਵੀ ਮਿਲੇਗਾ, ਸੈਂਟਰ ਮਿਲੇਗਾ, ਕੁਮਾਰਾਂ ਨੂੰ ਵੀ ਮਿਲਦਾ ਹੈ। ਕੁਮਾਰ ਸਮਝਦੇ ਅਸੀਂ ਪਿੱਛੇ, ਕਿਉਂ ਪਿੱਛੇ ਨਹੀਂ ਅੱਗੇ ਹੋ। ਕੁਮਾਰਾਂ ਤੋਂ ਬਿਨਾਂ ਵੀ ਸੇਵਾ ਕਿੱਥੇ ਚੱਲਦੀ ਹੈ? ਕਿਸੇ ਵੀ ਸੈਂਟਰ 'ਤੇ ਦੇਖੋ, ਜੇਕਰ ਹਾਰਡ ਵਰਕਰ ਕੁਮਾਰ ਨਹੀਂ ਹੋਣ ਤਾਂ ਭੈਣਾਂ ਕੁਛ ਨਹੀਂ ਕਰ ਸਕਦੀਆਂ। ਦੋਵੇਂ ਹੀ ਜ਼ਰੂਰੀ ਹੈ, ਇਸ ਲਈ ਪਾਂਡਵਾਂ ਦਾ ਵੀ ਨਾਮ ਹੈ ਤਾਂ ਸ਼ਕਤੀਆਂ ਦਾ ਵੀ ਨਾਮ ਹੈ, ਦੋਵਾਂ ਦਾ ਨਾਮ ਹੈ। ਅੱਛਾ, ਵਰਤਮਾਨ ਸਮੇਂ ਤੁਸੀਂ ਹਰ ਇੱਕ ਨੂੰ ਆਤਮਾਵਾਂ ਦੇ ਪ੍ਰਤੀ ਰਹਿਮ ਦਿਲ ਅਤੇ ਦਾਤਾ ਬਣ ਕੁਛ ਨਾ ਕੁਛ ਦੇਣਾ ਹੀ ਹੈ। ਭਾਵੇਂ ਮਨਸਾ ਸੇਵਾ ਦਿਓ, ਭਾਵੇਂ ਸ਼ੁਭ ਭਾਵਨਾ ਨਾਲ ਦਿਓ, ਸ੍ਰੇਸ਼ਟ ਸਕਾਸ਼ ਦੇਣ ਦੀ ਬ੍ਰਿਤੀ ਨਾਲ ਦਿਓ, ਭਾਵੇਂ ਅਧਿਆਤਮਿਕ ਸ਼ਕਤੀ ਬੋਲ ਨਾਲ ਦਿਓ, ਭਾਵੇਂ ਆਪਣੇ ਸਨੇਹ ਸੰਪਨ ਸੰਬੰਧ ਸੰਪਰਕ ਨਾਲ ਦਿਓ, ਪਰ ਕੋਈ ਵੀ ਆਤਮਾ ਖੁੰਜੀ ਮਨਾ ਵੰਚਿਤ ਨਹੀਂ ਰਹੇ। ਦਾਤਾ ਬਣੋ, ਰਹਿਮ ਦਿਲ ਬਣੋ। ਚਿੱਲਾ ਰਹੇ ਹੈ ਬਾਪ ਦੇ ਅੱਗੇ, ਆਪਣੀ ਆਪਣੀ ਭਾਸ਼ਾ ਵਿੱਚ ਚਲਾ ਰਹੇ ਹੈ। ਸ਼ਾਂਤੀ ਦਿਓ, ਸਨੇਹ ਦਿਓ, ਦਿਲ ਦਾ ਪਿਆਰ ਦਿਓ, ਸੁੱਖ ਦੀਆਂ ਕਿਰਨਾਂ ਦਿਓ। ਤਾਂ ਬਾਪ ਕਿਵੇਂ ਦੇਣਗੇ? ਤੁਸੀਂ ਬੱਚਿਆਂ ਦੁਆਰਾ ਹੀ ਦੇਣਗੇ ਨਾ। ਬਾਪ ਤੇ ਤੁਸੀਂ ਸਭ ਰਾਈਟ ਹੈਂਡ ਹੋ। ਕਿਸੇ ਨੂੰ ਕੁਛ ਵੀ ਦੇਣਾ ਹੁੰਦਾ ਹੈ ਤਾਂ ਹੈਂਡ ਦੁਆਰਾ ਦਿੰਦੇ ਹੈ ਨਾ, ਤਾਂ ਤੁਸੀਂ ਸਭ ਬਾਪ ਦੇ ਰਾਈਟ ਹੈਂਡ ਹੋ ਨਾ। ਪਾਂਡਵ ਰਾਈਟ ਹੈਂਡ ਹੈ, ਤੁਸੀਂ ਰਾਈਟ ਹੈਂਡ ਦਾ ਯਾਦਗਾਰ ਹੈ। ਪਤਾ ਹੈ ਕਿਹੜਾ ਯਾਦਗਾਰ ਹੈ? ਵਿਰਾਟ ਰੂਪ ਦਾ ਚਿੱਤਰ ਦੇਖਿਆ ਹੈ ਤਾਂ ਉਸ ਵਿੱਚ ਕਿੰਨੇ ਹੱਥ ਦਿਖਾਉਂਦੇ ਹੈ, ਤਾਂ ਤੁਸੀਂ ਰਾਈਟ ਹੈਂਡ ਦਾ ਚਿੱਤਰ ਹੈ ਨਾ। ਕੁਮਾਰੀਆਂ ਉਸ ਵਿੱਚ ਤੁਸੀਂ ਲੋਕਾਂ ਦਾ ਚਿੱਤਰ ਹੈ ਨਾ। ਤਾਂ ਹੁਣ ਬਾਪ ਰਾਈਟ ਹੈਂਡ ਦੁਆਰਾ ਆਤਮਾਵਾਂ ਨੂੰ ਸੁੱਖ ਸ਼ਾਂਤੀ ਦੀ ਅੰਜਲੀ ਦੇਗਾ ਨਾ। ਵਿਚਾਰਿਆਂ ਨੂੰ ਅੰਜਲੀ ਵੀ ਨਹੀਂ ਦੇਵਾਂਗਾ ਤਾਂ ਕਿੰਨੇ ਤੜਫਣਗੇ। ਹੁਣ ਸਭ ਹੱਦ ਦੀਆਂ ਗੱਲਾਂ ਤੋਂ ਉੱਚੇ ਹੋ ਜਾਓ। ਹੱਦ ਦੀਆਂ ਗੱਲਾਂ ਵਿੱਚ, ਹੱਦ ਦੇ ਸੰਸਕਾਰਾਂ ਵਿੱਚ ਸਮੇਂ ਨਹੀਂ ਗਵਾਓ। ਬਾਪ ਦਾਦਾ ਅੱਜ ਵੀ ਸਭ ਬੱਚਿਆਂ ਨੂੰ, ਭਾਵੇਂ ਇੱਥੇ ਬੈਠੇ ਹੈ, ਭਾਵੇਂ ਸੈਂਟਰ ਵਿੱਚ ਬੈਠੇ ਹੈ, ਭਾਵੇਂ ਦੇਸ਼ ਵਿੱਚ ਹੈ, ਭਾਵੇਂ ਵਿਦੇਸ਼ ਵਿੱਚ ਹੈ, ਰਹਿਮ ਦਿਲ ਭਾਵਨਾ ਨਾਲ ਇਸ਼ਾਰਾ ਦੇ ਰਹੀ ਹੈ। ਬਾਪ ਦਾਦਾ ਹਰ ਬੱਚੇ ਦੀ ਹੱਦ ਦੀਆਂ ਗੱਲਾਂ, ਹੱਦ ਦੇ ਸੁਭਾਵ ਸੰਸਕਾਰ, ਨਟ ਖਟ ਅਤੇ ਚਤੁਰਾਈ ਦੇ ਸੰਸਕਾਰ, ਅਲਵੇਲੇਪਨ ਦੇ ਸੰਸਕਾਰ ਬਹੁਤ ਸਮੇਂ ਤੋਂ ਦੇਖ ਰਹੇ ਹੈ। ਕਈ ਬੱਚੇ ਸਮਝਦੇ ਹੈ ਸਭ ਚੱਲ ਰਿਹਾ ਹੈ, ਕੌਣ ਦੇਖਦਾ ਹੈ, ਕੌਣ ਜਾਣਦਾ ਹੈ, ਪਰ ਹੁਣ ਤੱਕ ਬਾਪ ਦਾਦਾ ਰਹਿਮ ਦਿਲ ਹੈ, ਇਸ ਲਈ ਦੇਖਦੇ ਹੋਏ ਵੀ ਸੁਣਦੇ ਹੋਏ ਵੀ ਰਹਿਮ ਕਰ ਰਿਹਾ ਹੈ। ਪਰ ਬਾਪ ਦਾਦਾ ਪੁੱਛਦੇ ਹੈ, ਆਖਰ ਵੀ ਰਹਿਮ ਦਿਲ ਕਦੋਂ ਤੱਕ, ਕਦੋਂ ਤੱਕ, ਕੀ ਹੋਰ ਟਾਈਮ ਚਾਹੀਦਾ ਹੈ? ਬਾਪ ਕੋਲੋਂ ਸਮੇਂ ਵੀ ਪੁੱਛਦਾ ਹੈ, ਬਾਪ ਕੋਲੋਂ ਸਮੇਂ ਵੀ ਪੁੱਛਦਾ ਹੈ, ਆਖਿਰ ਕਦੋਂ ਤੱਕ,
ਪ੍ਰਕਿਰਤੀ ਵੀ ਪੁੱਛਦੀ ਹੈ, ਜਵਾਬ ਦਿਓ ਤੁਸੀਂ, ਜਵਾਬ ਦਿਓ। ਹੁਣ ਤੇ ਸਿਰਫ ਬਾਪ ਦਾ ਰੂਪ ਚੱਲ ਰਿਹਾ ਹੈ, ਸਿੱਖਿਅਕ ਅਤੇ ਸਤਿਗੁਰੂ ਤਾਂ ਹੈ ਹੀ ਪਰ ਬਾਪ ਦਾ ਰੂਪ ਚੱਲ ਰਿਹਾ ਹੈ, ਸ਼ਾਮ ਦੇ ਸਾਗਰ ਦਾ ਪਾਠ ਚੱਲ ਰਿਹਾ ਹੈ ਪਰ ਧਰਮਰਾਜ ਦਾ ਪਾਠ ਚੱਲਿਆ ਤਾਂ ਕੀ ਕਰੋਗੇ। ਬਾਪ ਦਾਦਾ ਇਹ ਹੀ ਚਾਹੁੰਦੇ ਹੈ ਕਿ ਧਰਮਰਾਜ ਦੇ ਪਾਠ ਵਿੱਚ ਵੀ ਵਾਹ ਬੱਚੇ ਵਾਹ ਦਾ ਆਵਾਜ਼ ਕੰਨਾਂ ਵਿੱਚ ਗੂੰਜੇ, ਫਿਰ ਬਾਪ ਨੂੰ ਉਲਾਣਾ ਨਹੀਂ ਦੇਣਾ। ਬਾਬਾ ਤੁਸੀਂ ਸੁਣਾਇਆ ਨਹੀਂ, ਅਸੀਂ ਤਿਆਰ ਹੋ ਜਾਂਦੇ ਸੀ ਨਾ, ਇਸ ਲਈ ਹੁਣ ਹੱਦ ਦੀਆਂ ਛੋਟੀਆਂ ਛੋਟੀਆਂ ਗੱਲਾਂ ਵਿੱਚ, ਸੁਭਾਅ ਵਿੱਚ, ਸੰਸਕਾਰਾਂ ਵਿੱਚ ਸਮੇਂ ਨਹੀਂ ਗਵਾਓ। ਚੱਲ ਰਿਹਾ ਹੈ, ਚੱਲਣਾ ਹੈ ਨਹੀਂ, ਜਮ੍ਹਾਂ ਹੁੰਦਾ ਜਾਂਦਾ ਹੈ, ਦੋਗੁਣਾ ਤਿੱਗਣਾ ਚੌਗਣਾ ਜਮ੍ਹਾਂ ਹੁੰਦਾ ਜਾਂਦਾ ਹੈ, ਚੱਲਦਾ ਹੈ ਨਹੀਂ। ਇਸ ਲਈ ਇਸ ਦ੍ਰਿੜ ਸੰਕਲਪ ਦਾ ਦਿਲ ਵਿੱਚ ਦੀਪ ਜਗਾਓ, ਹੱਦ ਤੋਂ ਬੇਹੱਦ ਵਿੱਚ ਬ੍ਰਿਤੀ ਦ੍ਰਿਸ਼ਟੀ ਕ੍ਰਿਤੀ ਬਣਾਉਣੀ ਹੀ ਹੈ। ਇਸ ਲਈ ਬਾਪ ਦਾਦਾ ਕਹਿੰਦੇ ਹੈ ਬਣਾਉਣੀ ਪਵੇਗੀ, ਅੱਜ ਇਹ ਕਹਿ ਰਹੇ ਹੈ ਬਣਾਉਣੀ ਪਵੇਗੀ, ਫਿਰ ਕੀ ਕਹੋਗੇ, ਟੂ ਲੇਟ। ਸਮੇਂ ਨੂੰ ਦੇਖੋ, ਸੇਵਾ ਨੂੰ ਦੇਖੋ, ਸੇਵਾ ਵੱਧ ਰਹੀ ਹੈ, ਸਮੇਂ ਅੱਗੇ ਦੌੜ ਰਿਹਾ ਹੈ, ਪਰ ਖੁਦ ਹੱਦ ਵਿੱਚ ਹੈ ਜਾਂ ਬੇਹੱਦ ਵਿੱਚ ਹੈ। ਹੱਦ ਦੀਆਂ ਗੱਲਾਂ ਪਿੱਛੇ ਤੁਸੀਂ ਨਹੀਂ ਦੌੜੋ ਤਾਂ ਬੇਹੱਦ ਦੀ ਬ੍ਰਿਤੀ, ਖੁਦ ਦੀ ਸਥਿਤੀ ਤੁਹਾਡੇ ਪਿੱਛੇ ਦੌੜੇਗੀ। ਬਾਪ ਦਾਦਾ ਇਸ ਵਰ੍ਹੇ ਵਿੱਚ ਜੋ ਇਸ ਸਮੇਂ ਤੱਕ ਕੀਤਾ ਉਸ ਵਿੱਚ ਸੰਤੁਸ਼ਟ ਹੈ, ਆਫਰਿਨ ਵੀ ਦਿੰਦੇ ਹੈ, ਪਰ ਹੁਣ ਸੇਵਾ ਵਿੱਚ ਅਨੁਭੂਤੀਆਂ ਕਰਾਉਣਾ, ਸਮੇਂ ਦੇ ਉੱਪਰ ਪਰਵਾਨੇ ਬਣਾਉਣਾ, ਭਾਵੇਂ ਸਹਿਯੋਗੀ ਬਣਾਓ ਭਾਵੇਂ ਸਾਥੀ ਬਣਾਓ, ਕੁਛ ਬਣੇ, ਅਨੁਭੂਤੀ ਦੀ ਖਾਨ ਖੋਲੋ, ਚੰਗਾ ਹੈ, ਇੱਥੇ ਤੱਕ ਠੀਕ ਹੈ, ਪਰ ਸਿਰਫ ਚੱਕਰ ਲਗਾਉਣ ਵਾਲੇ ਪਰਵਾਨੇ ਨਹੀਂ ਬਣਨਾ, ਪੱਕੇ ਪਰਵਾਨੇ ਬਣਨਗੇ ਅਨੁਭੂਤੀਆਂ ਦਾ ਕੋਰਸ ਕਰਾਉਣ ਨਾਲ। ਇੰਨੇ ਤੱਕ ਅਨੁਭੂਤੀ ਹੁੰਦੀ ਹੈ, ਬਹੁਤ ਚੰਗਾ ਹੈ, ਸਵਰਗ ਹੈ, ਇਹ ਵੀ ਅਸਲ ਗਿਆਨ ਹੈ, ਨੌਲੇਜ ਹੈ, ਇੰਨੀ ਸੇਵਾ ਦਾ ਰਿਜ਼ਲਟ ਚੰਗਾ ਹੈ। ਹੁਣ ਅਨੁਭੂਤੀ ਸਵਰੂਪ ਬਣ, ਅਨੁਭਵ ਕਰਾਓ। ਅਨੁਭਵ ਕਰਨ ਵਾਲੇ ਮਤਲਬ ਬਾਪ ਨਾਲ ਡਾਇਰੈਕਟ ਸੰਬੰਧ ਰੱਖਣ ਵਾਲੇ, ਅਜਿਹੇ ਅਨੁਭਵੀ ਪ੍ਰਬੰਧੇ ਤਿਆਰ ਕਰ। ਬਾਬਾ ਆਖਦੇ ਨੇ ਸਹਿਯੋਗੀ ਬਣਾਏ ਹੈ, ਉਸਦੀ ਮੁਬਾਰਕ ਹੈ, ਹੋਰ ਬਣਾਓ, ਇਹ ਜਗ੍ਹਾ ਹੈ, ਇੱਥੋਂ ਤੋਂ ਹੀ ਪ੍ਰਾਪਤੀ ਹੋ ਸਕਦੀ ਹੈ, ਇੰਨੇ ਤੱਕ ਵੀ ਮੰਨਦੇ ਹੈ, ਪਰ ਬਾਪ ਦੇ ਨਾਲ ਜਰਾ ਜਿਹਾ ਵੀ ਕਨੈਕਸ਼ਨ ਤਾਂ ਜੋੜੋ ਜੋ ਸਮੇਂ ਦੇ ਪਿੱਛੇ ਭੱਜਦੇ ਰਹਿਣ, ਤਾਂ ਇਸ ਵਰ੍ਹੇ ਵਿਸ਼ੇਸ਼ ਬਾਪ ਦਾਦਾ ਸੇਵਾ ਵਿੱਚ ਅਨੁਭੂਤੀ ਕਰਾਉਣ ਦਾ ਕੋਰਸ ਕਰਾਉਣਾ ਚਾਹੁੰਦੇ ਹੈ। ਇਸ ਵਿੱਚ ਵੀ ਸਾਕਸ਼ਤਕਾਰ ਵੀ ਹੋਣਗੇ ਅਤੇ ਸਾਕਸ਼ਤ ਬਾਪ ਪ੍ਰਤਿਅਖ ਹੋਣਗੇ। ਸੁਣਿਆ ਕੀ ਕਰਨਾ ਹੈ, ਪਲੇਨ ਮਿਲਿਆ, ਹੁਣ ਇਸ ਵਰ੍ਹੇ ਦੀ ਰਿਜ਼ਲਟ ਦੇਖਣਗੇ। ਅੱਛਾ, ਚਾਰੋਂ ਪਾਸੇ ਦੇ ਅਤੀ ਪਿਆਰੇ ਬਾਪ ਦਾਦਾ ਦੇ ਦਿਲ ਤਖ਼ਤ ਨਸ਼ੀਨ ਸ੍ਰੇਸ਼ਟ ਆਤਮਾਵਾਂ ਨੂੰ ਸਦਾ ਹੱਦ ਦੇ ਸੁਭਾਵ ਸੰਸਕਾਰ ਪਰਿਵਰਤਨ ਕਰਨ ਵਾਲੇ ਬੇਹੱਦ ਦੀ ਪਰਿਵਰਤਕ ਆਤਮਾਵਾਂ ਨੂੰ ਸਦਾ ਇੱਕ ਸੈਕਿੰਡ ਇੱਕ ਸੰਕਲਪ ਵੀ ਵਿਅਰਥ ਨਾ ਗਵਾਉਣ ਵਾਲੇ ਜਮ੍ਹਾਂ ਕਰਨ ਵਾਲੇ ਤੀਵਰ ਪੁਰਸ਼ਾਰਥੀ ਬੱਚਿਆਂ ਨੂੰ ਸਦਾ ਰਹਿਮ ਦਿਲ ਬਣ, ਦਾਤਾ ਬਣ, ਹਰ ਆਤਮਾ ਨੂੰ ਭਾਵੇਂ ਬ੍ਰਾਹਮਣ ਆਤਮਾ ਭਾਵੇਂ ਪਿਆਸੀ ਆਤਮਾਵਾਂ ਨੂੰ ਕੁਛ ਨਾ ਕੁਛ ਅੰਜਲੀ ਦੇਣ ਵਾਲੇ ਸਾਕਾਸ਼ ਦੇਣ ਵਾਲੇ ਅਜਿਹੇ ਵੱਡੀ ਦਿਲ ਰੱਖਣ ਵਾਲੇ ਬੱਚਿਆਂ ਨੂੰ ਬਾਪ ਦਾਦਾ ਦਾ ਬਹੁਤ 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 ਯਾਦ ਪਿਆਰ ਅਤੇ ਨਮਸਤੇ। ਵਰਦਾਨ ਹੈ ਅੱਜ ਤਾਂ ਉਮੰਗ ਉਤਸਾਹ ਨਾਲ ਵਿਸ਼ਵ ਕਲਿਆਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਅਲਾਸ ਅਤੇ ਅਲਵੇਲੇਪਨ ਤੋਂ ਮੁਕਤ ਭਵ।
ਉਮੰਗ ਉਤਸਾਹ ਨਾਲ ਵਿਸ਼ਵ ਕਲਿਆਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਅਲਾਸ ਅਤੇ ਅਲਵਿੱਲੇਪਨ ਤੋਂ ਮੁਕਤ ਭਾਵੋ। ਆਜ ਬਾਪ ਦਾਦਾ ਦੋਨੋਂ ਆਖਦੇ ਨੇ, ਭਾਵੇਂ ਨਵੇਂ ਹੋਣ ਜਾਂ ਪੁਰਾਣੇ ਹੋਣ, ਬ੍ਰਾਹਮਣ ਬਣਨਾ ਮਾਨਾ ਵਿਸ਼ਵ ਕਲਿਆਣਕਾਰੀ ਦੀ ਜ਼ਿੰਮੇਵਾਰੀ ਲੈਣਾ। ਜਦੋਂ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਤੀਬਰ ਗਤੀ ਨਾਲ ਪੂਰੀ ਕਰਦੇ ਹੈ, ਜ਼ਿੰਮੇਵਾਰੀ ਨਹੀਂ ਹੁੰਦੀ ਤਾਂ ਅਲਵਿੱਲੇ ਰਹਿੰਦੇ ਹੈ। ਜ਼ਿੰਮੇਵਾਰੀ ਅਲਾਸ ਅਤੇ ਅਲਵਿਲਾਪਨ ਸਮਾਪਤ ਕਰ ਦਿੰਦੀ ਹੈ। ਉਮੰਗ ਉਤਸਾਹ ਵਾਲੇ ਅਥਕ ਹੁੰਦੇ ਹੈ, ਉਹ ਆਪਣੇ ਚਿਹਰੇ ਅਤੇ ਚਲਨ ਦੁਆਰਾ ਹੋਰਾਂ ਨੂੰ ਉਮੰਗ ਉਤਸਾਹ ਵਧਾਉਂਦੇ ਰਹਿੰਦੇ ਹੈ। ਸਲੋਗਨ ਅਜਦਾ, ਸਮੇਂ ਪ੍ਰਮਾਣ ਸ਼ਕਤੀਆਂ ਨੂੰ ਯੂਜ਼ ਕਰਨਾ, ਮਾਨਾ ਗਿਆਨੀ ਅਤੇ ਯੋਗੀ ਤੂੰ ਆਤਮਾ ਬਣਨਾ। ਸਮੇਂ ਪ੍ਰਮਾਣ ਸ਼ਕਤੀਆਂ ਨੂੰ ਯੂਜ਼ ਕਰਨਾ, ਮਾਨਾ ਗਿਆਨੀ ਅਤੇ ਯੋਗੀ ਤੂੰ ਆਤਮਾ ਬਣਨਾ। ਓਮ ਸ਼ਾਂਤੀ।